ਆਓ ਜੀ ਅੱਜ ਤੁਹਾਨੂੰ ਆਪਣੇ ਘਰ ਵਾਲੇ ਜਿੰਮ ਦੇ ਦਰਸ਼ਨ ਕਰਾਉਣੇ। ਜਿੰਮ ਵਾਲਾ ਵੱਡਾ ਤਾਂ ਹੈ ਨਹੀਂ, ਵੈਸੇ ਮੈਂ ਜਾਂਦਾ ਹੁੰਦਾ ਇੱਕ ਹੋਰ ਜਿੰਮ 'ਚ, ਗੁੱਡ ਲਾਈਫ ਜਿੰਮ 'ਚ, ਪਰ ਜਿੱਦਣ ਉੱਤਰ ਜਾਣ ਦਾ ਮੂਡ ਨਾ ਹੋਵੇ ਤਾਂ ਉੱਧਰ ਇੱਥੇ ਆ ਜਾਈਦਾ, ਕੰਮ ਸਰ ਜਾਂਦਾ। ਅੱਜ ਦਿਖਾਉਂਦੇ ਹਾਂ ਲਓ ਜੀ, ਐਕਸਰਸਾਈਜ਼ ਹੋ ਗਈ ਖਤਮ, ਦੌੜੇ ਹੋ ਗਏ ਪੰਪ, ਅਤੇ ਹੁਣ ਆਪਾਂ ਚੱਲੀਏ ਕੰਮ 'ਤੇ ਚੱਲੇ ਹਾਂ। ਭੁੱਖ ਲੱਗੀ ਸੀ ਅਤੇ ਫਿਰ ਆਪਾਂ ਖਾਣ ਲੱਗੇ ਹਾਂ ਸ਼ੱਕਰ ਅਤੇ ਘਿਓ ਦੇ ਨਾਲ ਰੋਟੀਆਂ। ਘਿਓ ਹੋ ਗਿਆ ਗਰਮ, ਹੁਣ ਇਹਦੇ ਵਿੱਚ ਪਾਵਾਂਗੇ ਸ਼ੱਕਰ ਅਤੇ ਰੋਟੀਆਂ ਵਿਚਾਰੇ ਜਾਂਦੇ ਵਕਤ ਰਹਿਣ ਡੱਬਿਆਂ ਵਾਲੇ ਜਿਹੜੇ ਦੇ ਜਾਂਦੇ ਨੇ ਜੀ। 210 ਰੁਪਏ ਦੀ ਸਰਵਿਸ ਆ ਹਰ ਰੋਜ਼ ਇਹਨਾਂ ਨੇ, 8 ਰੋਟੀਆਂ, 2 ਸਬਜ਼ੀਆਂ ਅਤੇ ਥੋੜ੍ਹਾ ਜਿਹਾ ਸਲਾਦ, ਘਰੇ ਡਰੋਪ ਕਰਕੇ ਜਾਣਾ। ਜਿਹੜੀ ਸਭ ਤੋਂ ਬੈਸਟ ਗੱਲ ਆ ਉਹ ਇਹ ਆ ਵੀ ਇਹ ਘਰੇ ਡਰੋਪ ਕਰ ਦਿੰਦੇ ਆ, ਉਹਨੂੰ ਜਦ ਕਰਕੇ ਲੈ ਕਰਾਂ। ਜਦੋਂ ਤੁਸੀਂ ਸ਼ਾਮ ਨੂੰ ਘਰੇ ਆਉਣਾ ਤੁਹਾਡੇ ਦਰਵਾਜ਼ੇ 'ਤੇ ਜਦੋਂ ਰੋਟੀ ਪੱਕੀ ਪੱਕਾ ਹੀ ਲੰਘ ਦਿੰਦੀ ਹੈ ਨਾ, ਸਵਾਦ ਹੀ ਆ ਜਾਂਦਾ। ਆਪਾਂ ਕੀ ਕਰੀਦਾ, ਕਦੇ ਲੰਚ 'ਚ ਖਾ ਲਈਆਂ ਨੇ, ਚਾਰ ਲੰਚ 'ਚ ਖਾ ਲਈਆਂ, ਚਾਰ ਡਿਨਰ 'ਚ ਖਾ ਲਈਆਂ। ਇਹ ਲਓ ਜੀ ਸ਼ੱਕਰ ਘਿਓ ਹੋ ਗਿਆ ਰਲ, ਹੁਣ ਇੱਥੇ ਬੈਠ ਕੇ ਆਪਾਂ ਲੈਂਦੇ ਹਾਂ ਸਵਾਦ ਅਤੇ ਚੱਲੀਏ ਕੰਮ ਨੂੰ। ਆਹ ਕੰਮ ਵਾਲੀ ਸ਼ਰਟ ਪਾਈ ਹੈ ਜੀ, ਆਹ ਬ੍ਰਾਂਡ ਦਾ ਨਾਮ, ਕੰਪਨੀ ਦਾ ਨਾਮ ਲਿਖਿਆ, ਬਾਸ ਪ੍ਰੋ ਸ਼ੋਪਸ। ਕਿਸੇ ਦਿਨ ਤੁਹਾਨੂੰ ਇਹ ਵੀ ਸਟੋਰ ਦਿਖਾਵਾਂਗੇ। ਚਾਹ ਵੀ ਹੋਊਗੀ, ਕੱਲ੍ਹ ਮੂੰਹ ਵੀ ਚੱਕ ਲਈ। ਚਾਹ ਵਾਲੇ ਮੱਗ ਥੋੜ੍ਹੇ ਵੱਡੇ ਵੱਡੇ ਹੁੰਦੇ ਆ ਇੱਥੇ, ਜਿੱਡਾ ਗਲਾਸ ਭਰ ਕੇ ਸੀਰੀਅਲ ਨਹੀਂ ਚੱਲ ਜਾਂਦਾ ਲੱਖ ਜਿੱਡਾ, ਉੱਡਾ ਪੀਣਾ ਪੈਂਦਾ, ਉਦੋਂ ਬਿਨਾਂ ਸਵਾਦ ਹੀ ਨਹੀਂ ਹੋਗਾ। ਅੱਖਾਂ ਨਹੀਂ ਖੋਲਦੀਆਂ, ਨਹੀਂ ਤਾਂ ਫਿਰ ਕੰਮ 'ਤੇ ਆ ਕੇ ਸੁਸਤੀ ਪੈ ਜਾਂਦੀ ਹੈ। ਹੁਣ ਮੈਂ ਰੋਟੀ ਖਾ ਕੇ ਮਿਲਦਾ ਤੁਹਾਨੂੰ ਬਾਅਦ 'ਚੋਂ। ਹੋਇਆ ਕਿ ਮੈਂ ਪਹੁੰਚ ਗਿਆ 15 ਮਿੰਟ ਪਹਿਲਾਂ, ਕੰਮ ਮੇਰਾ ਸ਼ੁਰੂ ਹੋਣਾ 1 ਵਜੇ, ਹਜੇ ਹੋਇਆ 1:15। ਸੋ ਉਹਨਾਂ ਟਾਈਮ ਆਪਾਂ ਮੀਂਹ ਦੇ ਵਿੱਚ ਬੈਠ ਕੇ ਚਾਹ ਦਾ ਆਨੰਦ ਲਵਾਂਗੇ। ਹਾਂਜੀ ਕੰਮ ਹੋ ਗਿਆ ਖਤਮ, ਨਿਕਲਿਆ ਕੰਮ ਤੋਂ, ਹੁਣ ਚੱਲਿਆ ਖਾਣ ਅਤੇ ਤੁਹਾਨੂੰ ਰਾਹ 'ਚ ਦੱਸਦੇ ਹਾਂ ਵੀ ਕੀ ਡਿਸਾਈਡ ਕਰਦੇ ਹਾਂ ਕਿੱਥੇ ਖਾਣਾ, ਕਿਉਂਕਿ ਹਜੇ ਆਪ ਨੂੰ ਨਹੀਂ ਕੁਛ ਪਤਾ। ਓਕੇ ਮਿਲਦੇ ਹਾਂ ਫਿਰ। ਲੋ ਭਾਈ ਡੈਸਟੀਨੇਸ਼ਨ 'ਤੇ ਪਹੁੰਚ ਗਏ ਅਸੀਂ, ਕੇਰਲਾ ਕਿਚਨ। ਅੱਜ ਅਸੀਂ ਡੋਸਾ ਖਾਣਾ ਅਤੇ ਬੰਦੇ ਸਾਡੇ ਅਜੇ ਪੂਰੇ ਆਏ ਨਹੀਂ, ਪਤਾ ਨਹੀਂ ਕਿੱਥੇ ਰਹਿ ਗਏ, ਤੁਰੇ ਤਾਂ ਅਸੀਂ ਇਕੱਠੇ ਸੀ, ਉਹ ਆ ਗਿਆ ਅਤੇ ਚੱਲੀਏ ਅੰਦਰ। ਮਿੱਤੂ ਸਾਹਿਬ ਕੀ ਹਾਲ ਚਾਲ? ਠੀਕ ਠਾਕ ਜੀ, ਡੋਸਾ ਖਾਓਗੇ ਤੁਸੀਂ ਅੱਜ ਫਿਰ? ਹਾਂਜੀ ਬਿਲਕੁਲ। ਚਲੋ ਚਿਕਨ ਲੋਟ ਆਉਂਦਾ ਮੈਂ ਸਿਰ 'ਚ ਮਾਰੂੰ, ਰੋਜ਼ ਚਿਕਨ ਖਾਈ ਜਾਣਾ ਬਣੀਆ ਜੀ।
हाँ जी हम खाएंगे चिली चिकन। मैं चांटा मारना मिर्चा खाऊंगी फिर तो आज की डिश चिली चिकन। अच्छा तेरी चिली चिकन ओके ठीक है। मैं तो डोसा खाऊंगा भैया तेरी टूटे होने। हाँ जी हम सारे मित्रों साहब दसन के भी ऐसे की मंगाने लगे। हाँ जी की चाहिए। हाँ जी तो आज की स्पेशल पंजाबी हमारी। हाँ जी तो आज हम लोग मंगा रहे हैं पंजाबी। आज हम लोग मंगा रहे हैं पंजाबी होंगी। आज असी मंगावांगे चिल्ली चिकन ठीक है और एक मंगावांगे असी गोभी मंचूरियन ठीक है ना जी। इसमें क्या होता है गोभी को मंचूरियन में डाल के फिर लेके आते हैं ठीक है। और एक हम लोग मंगावांगे मसाला पनीर मसाला डोसा कश्मीरी कश्मीरी पनीर मसाला डोसा। जगह की एम्बियंस तो कुछ बाली खास नहीं है पर इन्हों का फूड बहुत चंगेड़ा होंगे। पिछली बार असं आए थी चुप करते इन्होंने ऐतकी आप भुमक्कड़ कटने क्यों माड़िए लो जी कापा तीन आ गई साड़ी भाफा मैड दी इधर साढ़े बंदे दी भी भाफा निकल गई थोड़िया जी बेचारा रोन हाका होया बैठा पानी पी ला रोटी तो फिर लंघनी नहीं हूँ। समान साढ़ा आ गया आएगा कश्मीरी डोसा पनीर वाला हाँ चिल्ली चिकन चाहे गोभी मंचूरियन हो गया वो खा के दस दिया तुम कभी ना बेचारे प्यार धोखा मिले हूँ ही पता लगे ना ऑर्डर करने तो बाद हम कि कुकड़ अंदर जाने ये बंदा तो मर गया जी अच खत्म हो गई दी कुछ नहीं खा रहा कुछ नहीं अंदर जा रहा सारी प्लेट पूरी फुल पी है पीस खा ला साले आवाज भी सुन सकते वॉशरूम भी पीछे है ए आ हाल ना जी बंदे दे उसी लिए छड़ के जाके देखो ध्यान प्लेट देखो आ प्लेट फुल पई है इनदे ते दूजे पासे साडी प्लेटा देखो प्लेट खाली लो जी दोनों पासे अखां च पानी है इधर मिर्च लगी है ता करके उधर दिल ते लगी है ता करके गल ऐसा क्या गुनाह किया कि लुट गए सिनेमैटिक व्यू बना रहे हैं मैं देखे हुए चाह के कप के पिछले ना कहते हैं घूम के आना चाहिए व्यू घूमया पिछे लाइट जग रही है तो इधर पानी रो रहा आए हाय क्या रो। हाँ जी ठीक है जी हम असी डोसा खा लिया रोटी खा ली डिनर हो गया हम चलिया घर इतने आप ब्लॉग मुकावे जे कंटेंट चंगा लग्या तो सबसक्राइब जरूर करो। थैंक यू जी।